ਉਹਨੂੰ ਕਬੂਲ ਕਰੀਏ। ਬਾਕੀ ਸਰਵਣ ਭਾਜੀ ਦਾ ਹੁਕਮ ਚਾਹੀਦਾ, ਰਾਜੂ ਭਾਜੀ ਦਾ ਜੋ ਆਖਣਾ ਹੋ ਜਾਣਾ। ਮੈਂ ਤੁਹਾਡਾ ਦਾਸ ਤੁਹਾਡਾ ਭਰਾ ਆ ਛੋਟਾ, ਤੁਸੀਂ ਦੋ ਆਖਣਾ ਮੇਰੀਆਂ ਮਾਵਾਂ ਭੈਣਾਂ ਮੈਂ ਬੇਟੀਆਂ, ਜੇ ਤੁਹਾਡਾ ਵੀ ਕੋਈ ਦਿਲ ਕਰਦਾ ਕੁਝ ਸੁਣਨ ਦੀ ਤੁਸੀਂ ਕਹਿ ਸਕਦੇ। ਕਲਾਮ ਕਿਉਂਕਿ ਰੰਗਣਾ ਐਵੇਂ ਨਹੀਂ ਲੋਕੋ ਚੜ ਜਾਂਦੀ, ਪਹਿਲਾਂ ਗੀਤ ਮਾਈਏ ਤੇ ਗਾਈਏ ਤੇ ਗੱਲ ਬਣਦੀ, ਉਸ ਤੋਂ ਬਾਅਦ ਆਪਣੇ ਗਿਆ। ਕਿ ਕਿਸੇ ਕੋ ਗੀਤਾ ਸੇ ਗਿਆਨ ਨਾ ਮਿਲਾ, ਕਿਸੇ ਕੋ ਕੁਰਾਨ ਮੇ ਇਮਾਮ ਨਾ ਮਿਲਾ, ਕਿਸੇ ਕੋ ਗੀਤਾ ਸੇ ਗਿਆਨ ਨਾ ਮਿਲਾ, ਕਿਸੇ ਕੋ ਕੁਰਾਨ ਮੇ ਵੀ ਇਮਾਮ ਨਾ ਮਿਲਾ, ਵੋ ਕਿਆ ਢੂੰਡੇਂਗੇ ਆਸਮਾਨ ਮੇ ਰੱਬ ਕੋ, ਜਿਨ ਕੋ ਇਨਸਾਨ ਮੇ ਇਨਸਾਨ ਨਾ ਮਿਲਾ। ਇੱਕ ਵਾਰ ਤਾੜੀ ਮਾਰੋ ਜਿਹੜੇ ਜਿਹੜੇ ਇਨਸਾਨ ਹੈ, ਕਿ ਸਿਰਫ ਉਹ ਸਿਰਫ ਫੀਲਿੰਗ ਸਮਝਣੀ ਸਿੱਖੋ, ਕਦੀ ਵੀ ਇਹ ਨਹੀਂ ਸੋਚਣਾ ਕਿ ਜੇ ਉਹਨੂੰ ਆਹ ਨਹੀਂ ਆਉਂਦੀ, ਜੇ ਉਹਨੂੰ ਆਹ ਨਹੀਂ ਆਉਂਦੀ ਤੇ ਉਹਨੂੰ ਕੁਝ ਨਹੀਂ ਆਉਂਦਾ। ਪਤਾ ਕਦੀ ਵਾਰੀ ਏਦਾਂ ਹੁੰਦਾ, ਇੱਕੋ ਹੀ ਕੈਸਟ ਦੇ ਵਿੱਚੋਂ 10 ਕਲਾਮ ਮੈਂ ਸੁਣੇ ਹੋਏ ਆ ਤੇ 20 ਕਲਾਮ ਤੁਸੀਂ ਸੁਣੇ ਹੋਏ ਆ, ਤੇ ਜ਼ਰੂਰੀ ਇਹ ਨਹੀਂ ਹੈ ਜਿਹੜੇ ਮੈਂ 10 ਸੁਣੇ ਆ ਤੁਸੀਂ ਵੀ ਉਹੋ ਹੀ ਸੁਣੇ ਹੋਣੇ, ਇਹ ਜ਼ਰੂਰੀ ਨਹੀਂ ਹੁੰਦਾ। ਗੱਲ ਮੁੱਕਦੀ ਇਸ਼ਕ ਮੁਹੱਬਤ, ਉਹ ਜ਼ਰੂਰ ਪੂਰੀ ਹੋ। ਮੈਂ ਜਿੱਦਾਂ ਮਰਜ਼ੀ ਕਰਾਂ, ਇਹ ਸਰਕਾਰ ਦਾ ਆਸ਼ੀਰਵਾਦ ਹੈ, ਉਹਨਾਂ ਦੇ ਜੁੱਤਿਆਂ ਦੀ ਜਿਹੜੀ ਹੈ ਕਰਮ ਨਮਾਜ਼ੀ ਹੈ। ਹਾਏ 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 ਕਿਆ ਬਾਤ ਹੈ। ਕਲਾਮ ਦਮਾਦਮ ਮਸਤਕ ਲੰਗਰ ਮੌਲਾ ਵਾਲੀ ਸਰਕਾਰ ਦਾ ਸਿਲਸਿਲਾ ਚੱਲ ਰਿਹਾ, ਪੰਜ ਨਰਾ ਪੰਜ ਤਣੀ ਸਵਾ ਲੱਖ ਨਰਾ ਹੈਦਰੀ ਯਾ।